Hi Tribune viewers, this is Aparna Banerjee and I am kilometers away from the Rurka Kalan village in Jalandhar, where the YFC, the Youth Football Club, is creating a movement in the village. While girls were not allowed to play at the village playgrounds or visit the fields where boys were playing football until a few years ago, now an employment revolution having been brought in by the YFC, the Youth Football Club, has transformed the entire village, wherein 60% of the staff of the YFC comprises women. They are now employed, they are going to Japan, Germany and other countries, and have also come back from the FIFA World Cup. And seeing them, a lot of other women are also inspired to take in employment and earn their own livelihoods, bringing changes and revolution within this little hamlet in Jalandhar. ਉਦੋਂ ਪਿੰਡ 'ਚ ਇਹ ਮਾਹੌਲ ਸੀਗਾ ਕਿ ਕੁੜੀਆਂ ਨੂੰ ਗਰਾਊਂਡ 'ਚ ਨਹੀਂ ਆਉਣ ਦਿੱਤਾ ਜਾਂਦਾ ਸੀ, ਸਪੈਸ਼ਲੀ ਇਨ ਗਰਾਊਂਡ 'ਚ ਵੀ ਦੇਖੀਏ, ਸਕੂਲ 'ਚ ਵੀ ਨਹੀਂ ਸਪੈਸ਼ਲੀ ਕੁੜੀਆਂ ਨੂੰ ਜਾਣ ਦਿੰਦੇ ਸੀਗੇ। ਤੁਹਾਡੀ ਫੈਮਿਲੀ 'ਚ ਵੀ ਆਪੋਜੀਸ਼ਨ ਸੀ? ਫੈਮਿਲੀ 'ਚ ਲਾਈਕ ਫੈਮਿਲੀ ਨੂੰ ਮੇਰੇ ਬ੍ਰਦਰ ਸ਼ੁਰੂ ਤੋਂ ਫੁੱਟਬਾਲ 'ਚ ਆ, ਬਟ ਉਹਨਾਂ ਨੇ ਮੈਨੂੰ ਫੁੱਲੀ ਸਪੋਰਟ ਕੀਤਾ ਕਿ ਨਹੀਂ ਤੂੰ ਪਹਿਲਾਂ ਆਪਣੇ ਪਿੰਡ ਤੋਂ ਸਟਾਰਟ ਕਰ, ਜੇ ਕੁਛ ਚੇਂਜ ਕਰਨਾ ਹੈ ਦੁਨੀਆ 'ਚ। ਸੋ ਪਹਿਲਾਂ ਆਪਣੇ ਘਰ ਤੋਂ ਸਟਾਰਟ ਕਰੋ। ਪਰ ਨੇਬਰਸ ਵਗੈਰਾ, ਨੇਬਰਸ ਵਗੈਰਾ ਦਾ ਆਬਵੀਅਸਲੀ ਅੱਜ ਤੱਕ ਵੀ ਕੁਐਸਚਨ ਆ ਕਿ ਕੁੜੀਆਂ ਦਾ ਕੀ ਕੰਮ ਆ, ਕੁੜੀਆਂ ਨੂੰ ਜੋਬ ਕੀ ਕਰਨੀ ਆ, 26-27 ਸਾਲ ਦੀ ਹੋ ਗਈ, ਇਹਨੂੰ ਵਿਆਹੋ, ਇਹ ਹੁਣੇ ਤੱਕ ਕੰਮ ਕੀ ਕਰੀ ਜਾਂਦੀ ਹੈ, ਹਨਾ, ਮੁੰਡਾ ਲੱਭੋ ਇਹਦੇ ਲਈ, ਵਿਆਹ ਕਰੋ ਇਹਦਾ, ਕੀ ਕਰੀ ਜਾਂਦੇ ਆ। ਅੱਜ ਵੀ ਇਸ ਉਹ ਫੈਮਿਲੀ 'ਤੇ ਸਟ੍ਰੈਸ ਲੈਵਲ ਵੱਧ ਜਾਂਦਾ ਕਿਸੇ ਟਾਈਮ ਜਦੋਂ ਆਂਢ ਗੁਆਂਢ ਦੀਆਂ ਗੱਲਾਂ ਸੁਣਨ 'ਚ ਆਉਂਦੀਆਂ। ਇੱਥੇ ਆਉਣ ਤੋਂ ਬਾਅਦ ਕੀ ਫਰਕ ਹੈ? ਇਸ ਇੱਥੇ ਆਉਣ ਤੋਂ ਬਾਅਦ ਇਹ ਆ ਕਿ ਇਸ ਟਾਈਮ ਘਰਦਿਆਂ 'ਤੇ ਕੋਈ ਬੋਝ ਨਹੀਂ ਮੇਰਾ, ਆਪਣਾ ਕਮਾ ਰਹੇ ਹਾਂ, ਠੀਕ ਹੈ। ਸੋ ਇੰਨਾ ਕਿਹਾ ਕਿ ਆਪਣੇ ਲੈਵਲ ਦਾ ਅਸੀਂ ਆਪ ਕਮਾ ਕੇ ਘਰਦਿਆਂ 'ਚ ਥੋੜ੍ਹੀ ਜਿਹੀ ਹੈਲਪ ਕਰ ਪਾਉਂਦੇ ਹਾਂ ਕਿ ਅੱਜ ਵੀ ਜੇ ਘਰ ਦੀ ਕੋਈ ਲੋੜ ਆ ਕਿਸੇ ਚੀਜ਼ ਦੀ, ਸੋ ਅਸੀਂ ਖੜੇ ਹਾਂ ਕਿ ਹਾਂ। ਇਸੇ ਸਾਲ ਦੇ ਵਿੱਚ ਇੱਕ YFC ਤੋਂ ਕੁੜੀ, YFC ਦੇ ਨਾਲ ਕੁੜੀ ਮੇਰੇ ਪਿੰਡ ਤੋਂ ਹੀ ਕੰਮ ਕਰਨ ਲੱਗੀ ਹੈ। ਸੋ ਮੈਂ ਤਾਂ ਇਹ ਹੀ ਮੰਨਦੀ ਹਾਂ ਕਿ ਮਤਲਬ ਕਿ ਹੋ ਸਕਦਾ ਕਿ ਉਹਦਾ ਬ੍ਰਦਰ ਮੇਰੇ ਤੋਂ ਟ੍ਰੇਨਿੰਗ ਕਰਦਾ ਸੀਗਾ ਫੁੱਟਬਾਲ ਦੀ। ਸੋ ਅਸੀਂ ਬੱਚਿਆਂ ਨੂੰ, ਮੈਂ ਤਾਂ ਬਹੁਤ ਏਸੀ ਦੇ ਲਈ ਵੀ ਅਵੇਅਰ ਕਰਵਾਉਂਦੀ ਹੁੰਦੀ ਸੀਗੀ। ਹਰ ਵਾਰੀ ਮੈਂ ਇਹ ਗੱਲ ਕਹਿੰਦੀ ਹੁੰਦੀ ਸੀ ਕਿ ਸਾਨੂੰ ਜਿੱਦਾਂ YFC ਦੀ ਜਗ੍ਹਾ ਆ, ਉੱਧਰ ਦੀ ਜਗ੍ਹਾ ਸਾਡੇ ਪੰਜਾਬ 'ਚ ਨਹੀਂ ਹੈਗੀ। ਸੋ ਜਦੋਂ ਵੀ ਤੁਸੀਂ ਚਾਹੋ ਅਤੇ ਜਦੋਂ ਵੀ ਤੁਸੀਂ, ਤੁਹਾਡਾ ਦਿਲ ਕਰੇ ਕਿ ਤੁਸੀਂ ਕਿਸੇ ਸੇਫ ਜਗ੍ਹਾ 'ਤੇ ਜਾਣਾ ਹੈ, ਸੋ YFC ਨੂੰ ਜੁਆਇਨ ਕਰੋ।